NDTV ਤੋਂ ਵਿਕਰਮ ਚੌਧਰੀ ਸਾਹਿਬ ਜਿਨ੍ਹਾਂ ਨੂੰ ਐਕਸਲੈਂਸ ਜਰਨਲਿਜ਼ਮ ਦੇ ਲਈ ਅਵਾਰਡ ਦਿੱਤਾ ਗਿਆ ਪੀਫਾ ਦੇ ਵਿੱਚ। ਚੌਧਰੀ ਸਾਹਿਬ ਵੈਲਕਮ ਟੂ ਟੋਰਾਂਟੋ, ਬਹੁਤ ਬਹੁਤ ਵਧਾਈਆਂ ਹੋਣ ਜੀ। ਥੈਂਕ ਯੂ ਜੀ, ਬੜਾ ਬੜਾ ਸ਼ੁਕਰੀਆ ਇਸ ਅਵਾਰਡ ਲਈ ਵੀ। ਅਤੇ ਆਪਣੇ ਦੇਸ਼ 'ਚ ਅਵਾਰਡ ਮਿਲਣਾ ਵੱਖ ਹੈ, ਬਟ ਵਿਦੇਸ਼ 'ਚ ਅਵਾਰਡ ਮਿਲਣਾ ਇੱਕ ਬੜੀ ਵੱਡੀ ਗੱਲ ਹੈ। ਅਤੇ ਆਈ ਐਮ ਰੀਅਲੀ ਵੈਰੀ ਹੈਪੀ ਫੋਰ ਦਿਸ, ਇਟਸ ਅ ਗ੍ਰੇਟ ਈਵਨਿੰਗ, ਬੜਾ ਅੱਛਾ ਲੱਗ ਰਿਹਾ ਅੱਜ। ਇਸ ਕਰਕੇ ਨਹੀਂ ਕਿ ਸਿਰਫ ਮੈਨੂੰ ਅਵਾਰਡ ਮਿਲਿਆ, ਬਲਕਿ ਇਸ ਕਰਕੇ ਵੀ ਇੱਕ ਨਵਾਂ ਆਗਾਜ਼ ਹੈ, ਨਵੀਂ ਸ਼ੁਰੂਆਤ ਹੈ ਪੰਜਾਬੀ ਸਿਨੇਮਾ ਲਈ।